I am Dr. Paramjit Singh Kalam, and I am consultant laparoscopy and laser surgery at Amandeep Group of Hospitals. And ਅਸੀਂ ਇੱਕ ਬੜਾ ਸਿੰਪਲ ਜਿਹਾ ਟੌਪਿਕ ਚੂਜ਼ ਕੀਤਾ, ਦੈਟ ਇਜ਼ ਗੋਲ ਬੈਡਰ ਦੀਆਂ ਪ੍ਰੋਬਲਮਸ, ਜਾਂ ਜਿਹਨੂੰ ਅਸੀਂ ਆਮ ਲੈਂਗੁਏਜ 'ਚ ਕਹਿੰਦੇ ਹਾਂ ਕਿ ਪਿੱਤੇ ਦੀ ਪੱਥਰੀ। ਇੱਕ ਪਿੱਤਾ ਕੀ ਹੁੰਦਾ, ਪਿੱਤੇ ਦੀ ਪੱਥਰੀ ਕਿੱਦਾਂ ਬਣਦੀ ਹੈ, ਐਂਡ ਇਹਦੇ ਸਿੰਪਟਮਸ ਕੀ ਨੇ, ਐਂਡ ਟ੍ਰੀਟਮੈਂਟ ਕੀ ਹੈ, ਇਹ ਸਾਰਾ ਮੈਂ ਤੁਹਾਨੂੰ ਸਿੰਪਲ ਲੈਂਗੁਏਜ 'ਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਗੋਲ ਬੈਡਰ ਹੁੰਦਾ, ਜਿਹਨੂੰ ਅਸੀਂ ਆਮ ਲੈਂਗੁਏਜ 'ਚ ਪਿੱਤਾ ਕਹਿੰਦੇ ਹਾਂ, ਇੱਕ ਛੋਟਾ ਜਿਹਾ ਔਰਗਨ ਹੈ, ਗੁਬਾਰੇ ਵਾਂਗ ਹੁੰਦਾ, ਐਂਡ ਸਾਡੇ ਪੇਟ ਦੇ ਵਿੱਚ ਰਾਈਟ ਸਾਈਡ ਉੱਪਰ ਵਾਲੇ ਪਾਸੇ ਹੁੰਦਾ ਇਹ, ਐਂਡ ਇਹ ਲਿਵਰ ਦੇ ਨਾਲ ਚਿਪਕਿਆ ਹੋਇਆ ਹੁੰਦਾ। ਇਹਦਾ ਮੇਨ ਕੰਮ ਹੁੰਦਾ ਕਿ ਇਹ ਬਾਈਲ ਸਟੋਰ ਕਰਦਾ। ਬਾਈਲ ਇੱਕ ਲਿਕੁਇਡ ਹੈ ਜਿਹੜਾ ਕਿ ਲਿਵਰ ਤੋਂ ਬਣਦਾ, ਇੱਕ ਪਾਈਪ ਦੇ ਥਰੂ ਆ ਕੇ ਗੋਲ ਬੈਡ ਦੇ ਵਿੱਚ ਸਟੋਰ ਹੋ ਜਾਂਦਾ। ਜਿਹੜਾ ਇਹ ਬਾਈਲ ਹੈ, ਇਹ ਸਾਡੇ ਖਾਣੇ ਨੂੰ, ਜਿਹੜਾ ਕਿ ਫੈਟੀ ਖਾਣਾ, ਓਇਲੀ ਖਾਣਾ, ਉਹਨੂੰ ਡਾਈਜੈਸਟ ਕਰਨ ਦੇ ਵਿੱਚ ਹੈਲਪ ਕਰਦਾ। ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ, ਫੈਟੀ ਫੂਡ ਖਾਂਦੇ ਹਾਂ, ਉਹ ਇੰਟਸਟਾਈਨ 'ਚ ਜਾਂਦਾ। ਉਸੇ ਵੇਲੇ ਆਟੋਮੈਟਿਕਲੀ ਜਿਹੜਾ ਗੋਲ ਬੈਡਰ ਹੈ, ਇਹਦੇ 'ਚ ਬਾਈਲ ਸਟੋਰ ਹੁੰਦਾ, ਇਹ ਕੰਟਰੈਕਟ ਕਰਦਾ, ਐਂਡ ਇਹਦੇ ਨਾਲ ਜਿਹੜਾ ਬਾਈਲ ਹੈ ਉਹ ਵੀ ਇੰਟਸਟਾਈਨ 'ਚ ਜਾ ਕੇ ਖਾਣੇ ਨਾਲ ਮਿਕਸ ਹੋ ਕੇ ਜਿਹੜਾ ਫੈਟ ਵਾਲਾ ਫੂਡ ਹੈ ਉਹਨੂੰ ਉਹ ਡਾਈਜੈਸਟ ਕਰ ਦਿੰਦਾ। ਹੁਣ ਇਹ ਜਿਹੜਾ ਸੈਕਿੰਡ ਕੁਐਸਚਨ ਹੈ ਕਿ ਜਿਹੜਾ ਪਿੱਤੇ ਦੇ ਵਿੱਚ ਪੱਥਰੀ ਇਹ ਬਣਦੀ ਕਿਉਂ ਹੈ। ਜਿਹੜਾ ਬਾਈਲ ਹੈ, ਜਿਹੜਾ ਤੁਹਾਨੂੰ ਦੱਸਿਆ ਮੈਂ ਲਿਕੁਇਡ ਹੈ, ਦੋ ਚੀਜ਼ਾਂ ਦਾ ਬਣਿਆ ਹੁੰਦਾ, ਇੱਕ ਬਾਈਲ ਸਾਲਟ ਅਤੇ ਕੋਲੈਸਟ੍ਰੋਲ, ਕੋਲੈਸਟ੍ਰੋਲ ਫੈਟ ਹੁੰਦਾ, ਠੀਕ ਹੈ। ਇਹਨਾਂ ਦਾ ਜਿਹੜਾ ਬੜੇ ਫਿਕਸ ਕੋਂਬੀਨੇਸ਼ਨ ਦੇ ਵਿੱਚ ਹੁੰਦੇ ਨੇ ਇਹ ਬਾਈਲ ਸਾਲਟ ਐਂਡ ਕੋਲੈਸਟ੍ਰੋਲ। ਜਦੋਂ ਵੀ ਇਹਨਾਂ ਦਾ ਕੋਂਬੀਨੇਸ਼ਨ ਆਪਸ ਦੇ ਵਿੱਚ ਵਿਗੜਦਾ, ਪ੍ਰਪੋਰਸ਼ਨ ਵਿਗੜਦਾ, ਉਦੋਂ ਸਟੋਨ ਬਣਨ ਦੇ ਚਾਂਸਿਸ ਹੁੰਦੇ ਨੇ। ਜੇ ਬਾਈਲ ਦੇ ਵਿੱਚ ਕੋਲੈਸਟ੍ਰੋਲ ਵੱਧ ਜਾਂਦਾ ਤਾਂ ਕੋਲੈਸਟ੍ਰੋਲ ਸਟੋਨ ਬਣ ਜਾਂਦੇ ਨੇ, ਜੇ ਬਾਈਲ ਸਾਲਟ ਵੱਧ ਜਾਂਦਾ ਤਾਂ ਪਿਗਮੈਂਟ ਸਟੋਨ, ਜਿਹੜੇ ਸੈਕਿੰਡ ਟਾਈਪ ਨੇ, ਉਹ ਬਣ ਸਕਦੇ ਨੇ। 80% ਆਫ ਦਾ ਕੇਸਿਸ ਦੇ ਵਿੱਚ, ਪੇਸ਼ੈਂਟ ਦੇ ਵਿੱਚ ਕੋਲੈਸਟ੍ਰੋਲ ਸਟੋਨਸ ਹੀ ਹੁੰਦੇ ਨੇ, ਪਿਗਮੈਂਟ ਸਟੋਨਸ ਬਹੁਤ ਘੱਟ ਹੁੰਦੇ ਨੇ। ਇਹ ਸਿਰਫ ਉਹ ਕੁਛ ਪ੍ਰੋਬਲਮਸ ਦੇ ਵਿੱਚ, ਜਿਨ੍ਹਾਂ ਦੇ ਵਿੱਚ ਬਲੱਡ ਦੇ ਜਿਹੜੇ ਸੈੱਲ ਟੁੱਟਣ ਵਾਲੀਆਂ ਕੋਈ ਪ੍ਰੋਬਲਮਸ ਹੁੰਦੀਆਂ ਨੇ, ਹੀਮੋਲੋਟਿਕ ਅਨੀਮੀਆਸ ਕਹਿੰਦੇ ਆ, ਬੱਚਿਆਂ ਦੇ ਵਿੱਚ ਵੀ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਜ਼ਿਆਦਾ ਹੁੰਦੇ ਨੇ। ਠੀਕ ਹੈ। ਹੁਣ ਕੁਛ ਇੱਕ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਪਿੱਤੇ ਦੀ ਜਿਹੜੀ ਪੱਥਰੀ ਬਣਨ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ, ਉਹਨਾਂ 'ਚੋਂ ਪਹਿਲਾ ਹੈਗਾ, ਫਸਟ ਇਜ਼ ਫੀਮੇਲ, ਮਿਡਲ ਏਜ ਫੀਮੇਲ, ਬੇਸਿਕਲੀ 35 to 50 ਏਜ ਦੀਆਂ ਫੀਮੇਲਸ, ਉਹਨਾਂ ਦੇ ਵਿੱਚ ਚਾਂਸ ਜ਼ਿਆਦਾ ਹੁੰਦੇ ਨੇ। ਮੇਲਸ ਦੇ ਵਿੱਚ ਵੀ ਹੁੰਦੇ ਨੇ, ਬੱਚਿਆਂ ਦੇ ਵਿੱਚ ਵੀ ਪੱਥਰੀ ਹੋ ਸਕਦੀ ਹੈ, ਪਰ ਫੀਮੇਲਸ, ਮਿਡਲ ਏਜ ਫੀਮੇਲ ਦੇ ਵਿੱਚ ਜ਼ਿਆਦਾ ਹੋ ਸਕਦੇ। ਸੈਕਿੰਡ ਹੈ ਓਬੈਸਿਟੀ, ਜਿਹੜੇ ਵੀ ਮੋਟਾਪੇ ਕਰਕੇ ਜਿਹੜੇ ਮੋਟੇ ਲੋਕ ਨੇ, ਉਹਨਾਂ 'ਚ ਕੋਲੈਸਟ੍ਰੋਲ ਜ਼ਿਆਦਾ ਹੁੰਦੀ ਹੈ, ਬੋਡੀ 'ਚ ਫੈਟ ਜ਼ਿਆਦਾ ਹੁੰਦਾ, ਐਂਡ ਉਹਨਾਂ ਵਿੱਚ ਪਿੱਤੇ ਦੀ ਪੱਥਰੀ ਬਣਨ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਐਂਡ ਥਰਡ ਹੁੰਦਾ ਕਿ ਅਸੀਂ ਜਿਹਦੇ ਵਿੱਚ, ਜਿਨ੍ਹਾਂ ਨੂੰ ਤੁਹਾਨੂੰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਬਲੱਡ ਦੀਆਂ ਪ੍ਰੋਬਲਮ ਨੇ, ਹਿਮੋਲੈਟਿਕ ਅਨੀਮੀਆ ਨੇ, ਉਹਨਾਂ ਵਿੱਚ ਪਿਗਮੈਂਟ ਸਟੋਨ ਬਣਨ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਅਤੇ ਜਿਹੜੇ ਲੋਕ ਮੋਟਾਪੇ ਕਰਕੇ ਡਾਇਟਿੰਗ ਕਰਦੇ ਨੇ, ਡਾਇਟਿੰਗ ਕਰਕੇ ਸਡਨ ਵੇਟ ਘਟਾਉਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਐਕਸਟ੍ਰੀਮ ਲੈਵਲਸ ਆਫ ਡਾਇਟਿੰਗ, ਐਂਡ ਬਹੁਤ ਜਲਦੀ ਵੇਟ ਲੂਜ਼ ਕਰਦੇ ਨੇ, ਉਹਨਾਂ ਦੇ ਵਿੱਚ ਵੀ ਪਿੱਤੇ ਦੀ ਪੱਥਰੀ ਬਣਨ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਹੁਣ ਜਿਹੜੀ ਪਿੱਤੇ ਦੀ ਪੱਥਰੀ ਹੈ, ਇਹਦੇ ਵਿੱਚ ਇਹਦੇ ਸਿਮਟਮ ਕੀ ਹੁੰਦੇ ਨੇ? ਜ਼ਿਆਦਾ ਫਸਟ ਮੋਸਟ ਕਾਮਨਲੀ ਜਿਹੜਾ ਪਿੱਤੇ ਦੀ ਪੱਥਰੀ ਹੈ, ਇਹ ਅਲਟਰਾਸਾਊਂਡ ਦੇ ਨਾਲ ਡਿਟੈਕਟ ਹੁੰਦੀ ਹੈ। ਕਿਸੇ ਹੋਰ ਰੀਜ਼ਨ ਕਰਕੇ ਤੁਹਾਡੇ ਡਾਕਟਰ ਤੁਹਾਨੂੰ ਪ੍ਰਿਸਕ੍ਰਾਈਬ ਕਰਦਾ ਕਿ ਅਲਟਰਾਸਾਊਂਡ ਕਰਾਉਣਾ ਹੈ, ਉਹਦੇ 'ਚ ਇੰਸੀਡੈਂਟਲੀ ਗੋਲ ਸਟੋਨ ਜਿਹੜੇ ਨੇ ਉਹ ਆ ਜਾਂਦੇ ਨੇ, ਉਹਦੀ ਇਹ ਸਿਮਟੋਮੈਟਿਕ ਹੁੰਦੇ ਨੇ, ਉਹਦੇ 'ਚ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸਾਇਲੈਂਟ ਸਟੋਨ ਹੈਗੇ ਨੇ, ਠੀਕ ਹੈ, ਪਿੱਤੇ ਦੀ ਪੱਥਰੀ 'ਚ ਸਾਇਲੈਂਟ ਸਟੋਨ। ਜਿਹੜਾ ਸਿਮਟਮ ਪੇਸ਼ੈਂਟ ਨੂੰ ਆ ਸਕਦੇ ਨੇ ਉਹ ਪੇਨ ਹੈ। ਪੇਨ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਬਿਲੀਅਰੀ ਕੋਲਿਕ ਹੈ, ਜਿਹੜੀ ਟਿਪੀਕਲੀ ਫੈਟੀ ਫੂਡ ਖਾਵਾਂਗੇ ਉਸ ਤੋਂ ਅਰਾਊਂਡ ਅੱਧੇ ਕੁ ਘੰਟੇ 'ਚ ਸਟਾਰਟ ਹੁੰਦੀ ਹੈ, ਐਂਡ ਸੇਮ ਡੇ ਬਿਟਵੀਨ 1 hour to 6 hours ਦੇ ਵਿੱਚ ਠੀਕ ਹੋ ਜਾਂਦੀ ਹੈ, ਜਾਂ ਕੁਛ ਮੈਡੀਸਨ ਲੈਣ ਦੇ ਨਾਲ, ਜਾਂ ਵੈਸੇ ਵੀ ਆਪਣੇ ਆਪ ਹੀ ਠੀਕ ਹੋ ਸਕਦੀ ਹੈ। ਦੂਸਰੀ ਤਰ੍ਹਾਂ ਦੀ ਪੇਨ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਕਿ ਐਕਿਊਟ ਅਟੈਕ ਆ ਗਿਆ ਪਿੱਤੇ ਦੀ ਪੱਥਰੀ ਦਾ। ਇਹ ਜਿਹੜੇ ਇਹ ਸਿਮਟਮ ਹੈ, ਇੱਕ ਦਿਨ ਤੋਂ ਲੈ ਕੇ ਅਰਾਊਂਡ ਹਫ਼ਤੇ ਇੱਕ ਹਫ਼ਤੇ ਤੱਕ ਰਹਿ ਸਕਦੇ ਹੈਗੇ ਆ। ਇਹਦੇ 'ਚ ਪਿੱਤੇ ਦੇ ਵਿੱਚ, ਕਿਉਂਕਿ ਬਾਈਲ ਜਿਹੜੀ ਬਾਈਲ ਹੈ ਉਹ ਪੱਥਰੀ ਕਰਕੇ ਬਾਹਰ ਨਹੀਂ ਨਿਕਲ ਪਾ ਰਿਹਾ, ਉਹਦੇ 'ਚ ਪਿੱਤੇ ਦੇ ਅੰਦਰ ਇਨਫਲਾਮੇਸ਼ਨ ਹੋ ਜਾਂਦੀ ਹੈ, ਇਨਫੈਕਸ਼ਨ ਹੋ ਜਾਂਦੀ ਹੈ, ਐਂਡ ਉਹ ਇਹ ਪੇਨ ਰਹਿ ਸਕਦੀ ਹੈ ਇੱਕ ਹਫ਼ਤੇ ਤੱਕ। ਜੇ ਇਹੀ ਸਟੋਨ ਗੋਲ ਬੈਡਰ ਦੀ ਨੈੱਕ ਹੁੰਦੀ ਹੈ, ਉਹਦੇ ਵਿੱਚ ਫਸਿਆ ਰਹੇਗਾ, ਉਹਦੇ ਵਿੱਚ ਪਿੱਛੇ ਬਾਈਲ ਇਕੱਠਾ ਹੋ ਜਾਂਦਾ ਹੈ, ਮਿਊਕਸ ਇਕੱਠੀ ਹੋ ਜਾਂਦੀ ਹੈ, ਅਸੀਂ ਮਿਊਕੋਸੀਲ ਕਹਿੰਦੇ ਹਾਂ, ਉਹਦੇ ਕਰਕੇ ਕੰਟੀਨਿਊਸ ਪੇਨ ਰਹਿ ਸਕਦੀ ਹੈ, ਉਸ ਮਿਊਕਸ ਦੇ ਵਿੱਚ ਇਨਫੈਕਸ਼ਨ ਹੋ ਸਕਦੀ ਹੈ, ਪਸ ਬਣ ਸਕਦੀ ਹੈ, ਐਮਪਾਈਮਾ ਬਣ ਸਕਦਾ ਹੈ, ਉਹਦੇ ਨਾਲ ਪੇਸ਼ੈਂਟ ਨੂੰ ਫੀਵਰ ਵੀ ਰਹਿ ਸਕਦਾ। ਜੇ ਇਹ ਜਿਹੜੇ ਮੇਨ ਪੇਨ ਵਾਲਾ ਸਿਮਟਮ ਹੈ, ਇਸ ਤੋਂ ਇਲਾਵਾ ਜਿਹੜਾ ਸੈਕਿੰਡ ਮੋਸਟ ਕਾਮਨ ਸਿਮਟਮ ਹੈ, ਨੌਜ਼ੀਆ ਐਂਡ ਵੋਮਿਟਿੰਗ। ਥਰਡ ਮੋਸਟ ਕਾਮਨ ਹੈ ਫੀਵਰ। ਇਹ ਤਿੰਨੋਂ ਕੋਂਬੀਨੇਸ਼ਨ, ਜਿਹਨੂੰ ਐਕਿਊਟ ਅਟੈਕ ਆਏਗਾ, ਪੇਨ ਵਿਦ ਨੌਜ਼ੀਆ ਐਂਡ ਫੀਵਰ, ਇਹ ਤਿੰਨ ਮੇਨ ਸਿਮਟਮ ਹੁੰਦੇ ਨੇ ਜਿਹੜੇ ਇੱਕ ਐਕਿਊਟ ਅਟੈਕ, ਜਿਹੜੇ ਗੋਲ ਸਟੋਨ ਹੈ ਉਹਨੂੰ ਇਹ ਹੋ ਸਕਦੇ ਨੇ। ਠੀਕ ਹੈ। ਇਸ ਤੋਂ ਬਾਅਦ ਜਿਹੜੇ ਬਾਕੀ ਸਿਮਟਮਸ ਨੇ, ਉਹ ਇਹਦੀਆਂ ਕੋਂਪਲੀਕੇਸ਼ਨਸ ਕਰਕੇ ਹੁੰਦੇ ਨੇ, ਪਿੱਤੇ ਦੀ ਕੋਂਪਲੀਕੇਸ਼ਨਸ ਕਰਕੇ ਹੁੰਦੇ ਨੇ।
ਜਿੱਦਾਂ ਕਿ ਉਹਦੇ 'ਚ ਜ਼ਿਆਦਾ ਅਟੈਕ ਹੋ ਗਿਆ, ਸਪੈਸ਼ਲੀ ਇਨ ਦ ਪੇਸ਼ੈਂਟਸ ਆਫ ਡਾਇਬਟੀਜ਼, ਪਿੱਤੇ ਦੀ ਜਿਹੜੀ ਵਾਲ ਹੈ ਉਹ ਗੈਂਗਰੀਨ ਹੋ ਸਕਦੀ ਹੈ, ਗਲ ਸਕਦੀ ਹੈ, ਐਂਡ ਪਿੱਤਾ ਫਟ ਸਕਦਾ, ਜਿਹੜੀ ਇੱਕ ਬੜੀ ਸੀਰੀਅਸ ਪ੍ਰੋਬਲਮਸ ਨੇ ਐਂਡ ਈਵਨ ਲਾਈਫ ਐਂਡੇਂਜਰਿੰਗ ਤੱਕ ਹੋ ਸਕਦੀਆਂ ਨੇ। ਜੇ ਇਹ ਪਿੱਤੇ ਦੀ ਪੱਥਰੀ ਸਲਿਪ ਹੋ ਕੇ ਅੱਗੇ ਪਾਈਪ ਹੈ, ਸੀ ਬੀ ਡੀ ਹੈ, ਕੋਮਨ ਬਾਇਲ ਹੈ, ਉਹਦੇ 'ਚ ਚਲੀ ਜਾਏਗੀ ਤਾਂ ਉਹਦੇ ਨਾਲ ਜੌਂਡਿਸ ਹੋ ਸਕਦਾ ਹੈ, ਕੋਲਨਜਾਈਟਿਸ ਹੋ ਸਕਦਾ, ਕੋਲਨਜਾਈਟਿਸ ਮੀਨਸ ਬਾਇਲ ਵਿੱਚ ਇਨਫੈਕਸ਼ਨ ਹੋ ਸਕਦੀ ਹੈ, ਐਂਡ ਲਿਵਰ ਦੇ ਵਿੱਚ ਐਬਸਿਸ ਬਣ ਸਕਦੀ ਹੈ, ਪਸ ਬਣ ਸਕਦੀ ਹੈਗੀ। ਪੱਥਰੀ ਜੇ ਨੀਚੇ ਵਾਲੇ ਡਕਟ ਦੀ ਨੀਚੇ ਵਾਲੇ ਐਂਡ 'ਤੇ ਆ ਕੇ ਉੱਥੇ ਅਟਕ ਜਾਏ ਤਾਂ ਇਹ ਪੈਨਕ੍ਰੀਟਾਈਟਿਸ ਕਰ ਸਕਦੀ ਹੈ। ਪੈਨਕ੍ਰੀਆਸ ਇੱਕ ਔਰਗਨ ਹੁੰਦਾ ਹੈ ਸਾਡੀ ਬਾਡੀ ਦੇ ਵਿੱਚ, ਸੈਂਟਰ ਦੇ ਵਿੱਚ, ਉਹਦੀ ਜਿਹੜੀ ਇਨਫੈਕਸ਼ਨ ਹੈ ਉਹ ਵੀ ਪਿੱਤੇ ਦੀ ਪੱਥਰੀ ਕਰਕੇ ਹੁੰਦੀ ਹੈ, ਐਂਡ ਬੜੀ ਸੀਰੀਅਸ ਪ੍ਰੋਬਲਮ ਹੈ, ਇਹ ਵੀ ਸੇਮ ਲਾਈਫ ਐਂਡੇਂਜਰਿੰਗ ਸਿਚੁਏਸ਼ਨ ਹੋ ਸਕਦੀ ਹੈ। ਐਂਡ ਇੱਕ ਹੋਰ ਕੋਮਨ ਸਿਮਟਮ ਜਿਹੜਾ ਪਿੱਤੇ ਕਰਕੇ ਹੋ ਸਕਦਾ ਦਰਦ ਤੋਂ ਇਲਾਵਾ, ਦੈਟ ਇਜ਼ ਇਨਡਾਈਜੈਸ਼ਨ। ਅਸੀਂ ਜਦੋਂ ਫੈਟ ਵਾਲਾ ਫੂਡ, ਓਇਲੀ ਫੂਡ ਖਾਂਦੇ ਹਾਂ ਐਂਡ ਬਾਇਲ ਕਿਉਂਕਿ ਰਿਲੀਜ਼ ਸਟੋਨ ਕਰਕੇ ਰਿਲੀਜ਼ ਨਹੀਂ ਹੋ ਪਾ ਰਿਹਾ ਪਿੱਤੇ ਦੇ ਵਿੱਚੋਂ, ਤਾਂ ਉਹਦੀ ਫੈਟੀ ਫੂਡ ਦੀ ਇਨਡਾਈਜੈਸ਼ਨ ਹੋ ਜਾਵੇਗੀ ਸਾਨੂੰ। ਇਨਡਾਈਜੈਸ਼ਨ ਮੀਨਸ ਜਿਹੜਾ ਖਾਣਾ ਹੈ ਓਇਲੀ ਉਹ ਹਜ਼ਮ ਨਹੀਂ ਹੋਏਗਾ ਉਹਦੇ 'ਚ, ਠੀਕ ਹੈ। ਐਂਡ ਗੈਸ ਵਾਲੇ, ਐਸੀਡਿਟੀ ਵਾਲੇ ਸਿਮਟਮ ਵੀ ਉਹਦੇ ਨਾਲ ਆ ਸਕਦੇ ਨੇ। ਹੁਣ ਕਿ ਅਸੀਂ ਕਿੱਦਾਂ ਇਹਨੂੰ ਡਿਟੈਕਟ ਕਿੱਦਾਂ ਕਰ ਸਕਦੇ ਹਾਂ, ਡਿਟੈਕਟ ਕਰਨਾ ਅੱਜ ਕੱਲ੍ਹ ਮੇਨ ਅਲਟਰਾਸਾਊਂਡ ਦੇ ਨਾਲ ਆਰਾਮ ਨਾਲ ਡਿਟੈਕਟ ਹੋ ਸਕਦਾ। ਜੇ ਕਿਸੇ ਨੂੰ ਰਾਈਟ ਸਾਈਡ ਐਬਡੋਮਨ ਦੇ ਵਿੱਚ ਪੇਨ ਹੋ ਰਹੀ ਹੈ ਔਰ ਇਹ ਪੇਨ ਨਾਲ ਬੈਕ ਵਾਲੇ ਪਾਸੇ ਨੂੰ ਵੀ ਜਾ ਸਕਦੀ ਹੈ ਐਂਡ ਸੱਜੇ ਸ਼ੋਲਡਰ ਵਾਲੇ ਪਾਸੇ ਨੂੰ ਵੀ ਜਾ ਸਕਦੀ ਹੈ, ਜਿਸ ਤਰ੍ਹਾਂ ਦੀ ਪੇਨ ਹੋ ਰਹੀ ਹੈ, ਨਾਲ ਨੌਜ਼ੀਆ ਹੈ ਜਾਂ ਵੋਮਿਟਿੰਗ ਹੈ, ਫੀਵਰ ਹੈ, ਤਾਂ ਉਹ ਆਪਣੇ ਡਾਕਟਰ ਨੂੰ ਕੰਸਲਟ ਕਰਕੇ ਅਲਟਰਾਸਾਊਂਡ ਕਰਾ ਸਕਦੇ ਹੈ। ਐਂਡ ਅਲਟਰਾਸਾਊਂਡ ਦੇ ਵਿੱਚ ਬੜਾ ਈਜ਼ੀਲੀ ਸਟੋਨ, ਨੰਬਰ ਆਫ ਸਟੋਨਸ, ਸਟੋਨ ਸਲਿਪ ਤਾਂ ਨਹੀਂ ਹੋਇਆ ਜਾਂ ਉਹਦੀ ਵਾਲ ਗੈਂਗਰੀਨ ਤਾਂ ਨਹੀਂ ਹੋ ਰਹੀ, ਇਹ ਸਾਰੀਆਂ ਚੀਜ਼ਾਂ ਅਲਟਰਾਸਾਊਂਡ ਦੇ ਵਿੱਚ ਆਰਾਮ ਨਾਲ ਡਿਟੈਕਟ ਹੋ ਸਕਦੀਆਂ ਨੇ। ਅਤੇ ਕੁਛ ਕੇਸਿਸ ਦੇ ਵਿੱਚ ਜਿੱਥੇ ਸਟੋਨ ਸਲਿਪ ਹੋ ਕੇ ਜਿਹੜੀ ਡਕਟ ਹੈ, ਪਾਈਪ ਹੈ, ਉਹਦੇ ਨੀਚੇ ਵਾਲੇ ਐਂਡ 'ਤੇ ਚਲਾ ਜਾਏ, ਉਹਦੇ ਅਲਟਰਾਸਾਊਂਡ 'ਚ ਕਈ ਵਾਰੀ ਡਿਟੈਕਟ ਨਹੀਂ ਹੋ ਪਾਉਂਦਾ, ਤਾਂ ਉਹਦੇ ਲਈ ਸਾਨੂੰ ਇੱਕ MRI ਜਿਹਨੂੰ ਕਿ ਅਸੀਂ MRCP ਕਹਿੰਦੇ ਹਾਂ ਪੱਥਰੀ ਵਾਲੇ ਕੇਸ ਦੇ ਵਿੱਚ, ਅਤੇ ਉਹ MRCP ਕਰਵਾਉਣੀ ਪੈਂਦੀ, ਉਹਦੇ ਨਾਲ ਸਾਰਾ ਕੁਛ ਉਹ ਆਰਾਮ ਨਾਲ ਡਿਟੈਕਟ ਹੋ ਸਕਦਾ ਹੈ। ਦੈਨ ਟ੍ਰੀਟਮੈਂਟ, ਟ੍ਰੀਟਮੈਂਟ ਅਸੀਂ ਕਿਹਦੇ ਕਿਹਨੂੰ ਪੱਥਰੀ ਜੇ ਆਈ ਹੈ ਅਤੇ ਕਿਹਦੇ ਕਿਹਨੂੰ ਕਿਹੜੇ ਕਿਹੜੇ ਪੇਸ਼ੈਂਟਸ ਨੂੰ ਇਹਦੀ ਟ੍ਰੀਟਮੈਂਟ ਕਰਾਉਣਾ ਚਾਹੀਦਾ ਹੈ। ਟ੍ਰੀਟਮੈਂਟ ਜਿਹੜੇ ਵੀ ਸਿਮਟੋਮੈਟਿਕ ਗੋਲ ਸਟੋਨਸ ਨੇ, ਸਿਮਟੋਮੈਟਿਕ ਦਾ ਮਤਲਬ ਕਿ ਜੇ ਪੇਸ਼ੈਂਟ ਨੂੰ ਕਦੀ ਵੀ ਲਾਈਫ ਦੇ ਵਿੱਚ ਜਾਂ ਬੈਕ ਫਿਊਚਰ ਬੈਕ ਦੇ ਵਿੱਚ ਕਦੀ ਪੇਨ ਹੋਈ ਹੈ, ਚਾਹੇ ਉਹ ਅੱਧੇ ਘੰਟੇ ਲਈ ਹੋਈ ਹੈ ਜਾਂ ਫੁੱਲ ਡੇ ਅਕਿਊਟ ਅਟੈਕ ਹੋਇਆ ਜਾਂ ਵਾਰ ਵਾਰ ਅਟੈਕਸ ਹੋ ਰਹੇ ਨੇ, ਉਹਨਾਂ ਨੂੰ ਇਹ ਸਾਰੇ ਪੇਸ਼ੈਂਟਸ ਨੂੰ ਪਿੱਤੇ ਦੀ ਪੱਥਰੀ ਦਾ ਇਲਾਜ ਕਰਾਉਣਾ ਚਾਹੀਦਾ, ਉਹਦਾ ਓਪਰੇਸ਼ਨ ਕਰਵਾਉਣਾ ਚਾਹੀਦਾ ਹੈ। ਐਂਡ ਕੁਛ ਪੇਸ਼ੈਂਟਸ ਜਿਨ੍ਹਾਂ ਦੇ ਵਿੱਚ ਸਾਇਲੈਂਟ ਗੋਲ ਸਟੋਨ ਹੈਗੇ ਨੇ, ਪੇਨ ਨਹੀਂ ਵੀ ਕਰ ਰਹੇ ਪਰ ਉਹ ਪੇਸ਼ੈਂਟ ਡਾਇਬਟੀਜ਼ ਦੇ, ਖਾਸ ਕਰ ਅਨਕੰਟਰੋਲ ਡਾਇਬਟੀਜ਼ ਹੈ, ਉਹਨਾਂ ਦੇ ਵਿੱਚ ਵੀ ਅਸੀਂ ਸਲਾਹ ਦਿੰਦੇ ਹਾਂ ਕਿ ਉਹਨਾਂ ਨੂੰ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਕਰਾਉਣਾ ਚਾਹੀਦਾ, ਕਿਉਂਕਿ ਪਿੱਤੇ ਜਿਹੜੇ ਡਾਇਬਟਿਕ ਨੇ ਉਹਨਾਂ ਦੇ ਵਿੱਚ ਕੰਪਲੀਕੇਸ਼ਨ, ਜਿਹੜੇ ਮੈਂ ਕਿਹਾ ਪਿੱਤੇ ਫਟਣ ਦੀਆਂ ਜਾਂ ਗੈਂਗਰੀਨ ਵਾਲੀਆਂ, ਉਹ ਕੰਪਲੀਕੇਸ਼ਨ ਜ਼ਿਆਦਾ ਆ ਸਕਦੀਆਂ ਨੇ, ਇਸ ਕਰਕੇ ਉਹਨਾਂ ਨੂੰ ਵੀ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਕਰਾਉਣਾ ਚਾਹੀਦਾ। ਕਿਸੇ ਦੀ ਫੈਮਿਲੀ ਹਿਸਟਰੀ ਦੇ ਵਿੱਚ, ਫੈਮਿਲੀ ਦੇ ਵਿੱਚ ਪਹਿਲਾਂ ਕਿਸੇ ਨੂੰ ਪਿੱਤੇ ਦਾ ਕੈਂਸਰ ਹੋਇਆ ਹੋਵੇ, ਉਹਨਾਂ ਨੂੰ ਵੀ ਇਹਦਾ ਪੱਥਰੀ ਹੋਣ ਦੇ ਕਾਰਨ ਬਹੁਤ ਥੋੜ੍ਹੇ ਕੇਸ 'ਚ ਆਏ ਨੇ, ਪਰ ਕੈਂਸਰ ਹੋਣ ਦੇ ਚਾਂਸਿਸ ਹੋ ਸਕਦੇ ਨੇ, ਇਸ ਕਰਕੇ ਉਹਨਾਂ ਨੂੰ ਵੀ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਕਰਾਉਣਾ ਚਾਹੀਦਾ। ਹੁਣ ਕਿਹੜੇ ਲੋਕਾਂ ਨੂੰ ਪੱਥਰੀ ਨੂੰ ਓਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ ਜਾਂ ਨਹੀਂ ਕਰਾਉਣਾ ਚਾਹੀਦਾ? ਜਿਹੜੇ ਕਿ ਸਾਇਲੈਂਟ ਗੋਲ ਸਟੋਨ ਹੋਣ, ਮੀਨਸ ਕਿ ਗੋਲ ਸਟੋਨ ਹੈਗੇ ਨੇ ਪਰ ਉਹ ਪੇਨ ਨਹੀਂ ਕਰ ਰਹੇ ਐਂਡ ਪੇਸ਼ੈਂਟ ਦੀ ਏਜ਼ ਜ਼ਿਆਦਾ ਹੈਗੀ ਹੈ, ਅਰਾਊਂਡ ਤੁਸੀਂ ਅਪਰੋਕਸੀਮੇਟ 70 ਲਾ ਲਓ ਜਾਂ ਉਹਦੀ ਫਿਜ਼ੀਕਲ ਕੰਡੀਸ਼ਨ ਹਿਸਾਬ ਨਾਲ ਕਿ ਹੋਰ ਉਹਨਾਂ ਨੂੰ ਪ੍ਰੋਬਲਮਸ ਨੇ, ਕੋਈ ਹਾਰਟ ਦੀ ਪ੍ਰੋਬਲਮ ਹੈ ਜਿਹਨੂੰ ਕੰਸਟੈਂਟ ਪਏ ਆ, ਬਾਈਪਾਸ ਸਰਜਰੀ ਹੋਈ ਹੈ ਜਾਂ ਕਿਡਨੀ ਦੀ ਪ੍ਰੋਬਲਮਸ ਨੇ, ਮੈਡੀਕਲੀ ਫਿੱਟ ਨਹੀਂ ਹੈਗੇ ਐਂਡ ਜਿਹੜੇ ਸਟੋਨ ਨੇ ਉਹ ਸਾਇਲੈਂਟ ਨੇ, ਕੋਈ ਪ੍ਰੋਬਲਮ ਨਹੀਂ ਦੇ ਰਹੇ, ਉਹਨਾਂ ਨੂੰ ਵਿੱਚ ਇਹ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਅਨਸੈਸਰੀ ਰਿਸਕ ਨਹੀਂ ਲੈਣਾ ਚਾਹੀਦਾ, ਠੀਕ ਹੈ। ਐਂਡ ਇਹਦੀ ਟ੍ਰੀਟਮੈਂਟ ਕਿਹੜੀ ਕਿਹੜੀ ਹੁੰਦੀਆਂ ਨੇ, ਲੈਪਰੋਸਕੋਪੀ ਹੁੰਦੀ, ਓਪਨ ਹੁੰਦੀ, ਉਹ ਮੈਂ ਡਿਟੇਲ 'ਚ ਆਪਣੇ ਨੈਕਸਟ ਲੈਕਚਰ 'ਚ ਡਿਸਕਸ ਕਰਾਂਗਾ। ਐਂਡ ਅਸੀਂ ਇਹਨਾਂ ਨੂੰ ਇੱਕ ਦੋ ਪੁਆਇੰਟਸ ਕਿ ਪ੍ਰੀਵੈਂਟ ਕਿੱਦਾਂ ਕਰ ਸਕਦੇ ਹਾਂ ਪਿੱਤੇ ਦੀ ਪੱਥਰੀ, ਪ੍ਰੀਵੈਂਟ ਕਰਨ ਦਾ ਤਰੀਕਾ ਕਿ ਲਾਈਫ ਸਟਾਈਲ ਆਪਣਾ ਚੰਗਾ ਰੱਖੋ ਐਂਡ ਮੋਟਾਪੇ ਤੋਂ ਬਚੋ। ਐਂਡ ਜਿਹੜੇ ਫੀਮੇਲਸ ਨੇ, ਖਾਸ ਕਰਕੇ ਮੈਂ ਪਹਿਲਾਂ ਭੁੱਲ ਗਿਆ, OCPs ਜਿਹੜੀਆਂ ਅਸੀਂ ਬਰਥ ਕੰਟਰੋਲ ਪਿਲਸ ਲੈਂਦੇ ਹਾਂ, ਜਿਹੜੇ ਉਹ ਲੌਂਗ ਟਾਈਮ ਲਈ ਲੈਂਦੇ ਨੇ, ਉਹਨਾਂ ਦੇ ਵਿੱਚ ਵੀ ਇਹ ਸਟੋਨ ਬਣਨ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਜਿਹੜੇ ਫੀਮੇਲਸ ਉਹ ਲੈ ਰਹੀਆਂ ਨੇ, ਉਹਨਾਂ ਨੂੰ ਆਪਾਂ ਨੂੰ ਮੋਨੀਟਰ ਕਰਦੇ ਰਹਿਣਾ ਚਾਹੀਦਾ ਕਿ ਉਹਦੇ ਨਾਲ ਸਟੋਨ ਤਾਂ ਨਹੀਂ ਬਣੇ। ਜੇ ਡਾਇਟਿੰਗ ਕਰ ਰਹੇ ਹੋ ਤਾਂ ਉਹਦੇ ਵਿੱਚ ਵੀ ਸਡਨ ਐਕਸਟ੍ਰੀਮ ਡਾਇਟਿੰਗ ਦੇ ਨਾਲ ਸਡਨਲੀ ਵੇਟ ਘਟਾਉਣ ਦੀ ਕੋਸ਼ਿਸ਼ ਨਾ ਕਰੋ, ਹੌਲੀ ਹੌਲੀ ਸਲੋਲੀ ਵੇਟ ਘਟਾਓ, ਠੀਕ ਹੈ। ਐਂਡ ਬੇਸਿਕਲੀ ਲਾਈਫ ਸਟਾਈਲ ਮੋਡੀਫਿਕੇਸ਼ਨ ਆਪਾਂ ਨੂੰ ਉਹਦੇ ਤੋਂ ਪੱਥਰੀ ਤੋਂ ਬਚਾ ਸਕਦਾ ਹੈ, ਠੀਕ ਹੈ।